ਤੁਹਾਨੂੰ ਕੀ ਪ੍ਰੋਬਲਮ ਸੀ? ਮੇਰੇ ਵੱਲੋਂ ਸਾਰੇ ਜਨਮ ਸੀ ਵੀ ਮੇਰਾ ਨਾ ਮੁੰਡੇ ਦਾ ਮਾਸ ਪਾੜ ਗਿਆ ਸੀ, ਮੈਂ ਭਾਈ ਤੋਂ ਪ੍ਰਾਰਥਨਾ ਕਰਾਈ ਸੀ ਆਟਾ ਠੀਕ ਹੈ। ਕਿੰਨੇ ਚਿਰ ਆ ਤੁਸੀਂ? ਹਫ਼ਤਾ ਕੁ ਹੋ ਚੱਲਿਆ। ਹਾਲੇਲੂਇਆ ਹਾਲੇਲੂਇਆ। ਇੱਕ ਸਟੇਟ ਦਾ ਮੁੰਡਾ ਚੈੱਕ ਕਰੋ। ਹਾਲੇਲੂਇਆ ਹਾਲੇਲੂਇਆ। ਦਰਦ ਹੋ ਰਹੀ ਹੈ? ਬਿਲਕੁਲ ਠੀਕ ਆ ਸਰ। ਸਾਰੀ ਹਾਲੇਲੂਇਆ ਜੈ ਯਿਸੂ ਦੀ ਤਾਰੀ ਯੋਜਾ। ਹਾਲੇਲੂਇਆ। ਜਦੋਂ ਕੋਈ ਗਵਾਹੀ ਦੇ ਕੇ ਜਾਂਦਾ ਤਾਂ ਤਾਰੇ ਲਗਾ ਦਿਆ ਕਰੋ, ਤੁਸੀਂ ਖੁਸ਼ ਨਹੀਂ ਜੋ ਸਾਰੇ ਜਣੇ? ਹਾਲੇਲੂਇਆ। ਕਿਹੜਾ ਕਿਹੜਾ ਖੁਸ਼ ਹੈ ਆਪਣੇ ਹੱਥ ਉਠਾਓ ਬਾਜੀ, ਸਾਰੇ ਤਾਰੇ ਲਗਾ ਕਰੋ ਯਿਸੂ ਦੀ ਮਹਿਮਾ ਲਈ। ਹਾਲੇਲੂਇਆ। ਹਾਂਜੀ, ਕੀ ਪ੍ਰੋਬਲਮ ਸੀ ਮਾਤਾ ਜੀ ਤੁਹਾਨੂੰ? ਮੈਂ ਜਬੋਵਾਲ ਤੋਂ, ਇੱਥੇ ਮੇਰੇ ਕੁੰਮਾਂ ਦਾ ਪਿੰਡ ਆ, ਮੇਰੀ ਗੁੱਡੀ ਵਿਆਹੀ ਇੱਥੇ ਕਿ ਜਬੋਵਾਲ ਦੀ ਮੈਂ ਰਹਿਣ ਵਾਲਿਆ ਜੋ ਆ ਤੇ ਪਰਮੇਸ਼ਰ ਨੂੰ ਮੈਂ ਮੰਨਣ ਵਾਲਿਆ ਜੋ। ਭਾਈ ਮੈਂ ਦੱਸੋ ਤੁਹਾਡੇ ਕੀ ਹੋਇਆ ਇਸੇ ਵਕਤ? ਇਸ ਵਕਤ ਭੈਣ ਭਾਈਓ ਸਭ ਨੂੰ ਪਰਮੇਸ਼ਰ ਨੂੰ ਮੰਨੋ ਤੇ ਮੰਨ ਕੇ ਰਾਜੀ ਹੋਵੋ ਤੇ ਬਹੁਤ ਪਰਮੇਸ਼ਰ ਥੱਪਿਆ ਨਾ ਦਿੰਦਾ ਜੇ ਤੇ ਬਹੁਤ ਉੱਚਿਆ ਕਰਦਾ। ਆਮੀਨ ਆਮੀਨ ਆਮੀਨ। ਠੀਕ ਹੈ ਬੈਠ ਜੀ। ਹਾਲੇਲੂਇਆ। ਹੋਰ ਕੋਈ ਹੈ ਅੱਗੇ? ਹਾਂਜੀ, ਕੀ ਪ੍ਰੋਬਲਮ ਹੈ? ਮੇਰੀ ਗਵਾਹੀ 6-7 ਸਾਲ ਪੁਰਾਣੀ ਆ। ਉਦੋਂ ਪਾਸਟਰ ਨਰੇਸ਼ ਕੌਰ ਜੀ ਇੱਥੇ ਆਏ ਸੀ। ਬਾਈਬਲ ਵਿੱਚ ਲਿਖਿਆ ਹੋਇਆ ਕਿ ਧਰਮੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਅੱਜ ਤੋਂ 6-7 ਸਾਲ ਪਹਿਲਾਂ ਮੈਨੂੰ ਕਾਲਾ ਪੀਲੀਆ ਹੋਇਆ ਸੀ ਅਤੇ ਡਾਕਟਰਾਂ ਨੇ ਮੈਨੂੰ ਕਾਫੀ ਜ਼ਿਆਦੀਆਂ ਜਿਹੜੀਆਂ ਸੀ ਪ੍ਰੋਬਲਮਸ ਦੱਸੀਆਂ ਸੀ ਕਿ ਤੁਸੀਂ ਕਿਸੇ ਨਾਲ ਬੈਠਣਾ ਨਹੀਂ ਆ, ਰੋਟੀ ਨਹੀਂ ਖਾਣੀ। ਮੈਨੂੰ ਆਪਣਾ ਸੋਚ ਵੀ ਨਹੀਂ ਸੀ ਕੋਈ ਉਹਨਾਂ ਦੇ ਮੇਰੇ ਸਰੀਰ 'ਤੇ ਸਪੈਲਿੰਗ ਹੋਈ ਸੀ ਅਤੇ ਪਾਸਟਰ ਕੀ ਜਦੋਂ ਇੱਥੇ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਖੁਦਾ ਦੀ ਮਹਿਮਾ ਦੇ ਲਈ ਸਾਰੇ ਹੱਥ ਖੜੇ ਕਰਕੇ ਕਲੈਪਿੰਗ ਕਰੋ। ਜਦੋਂ ਮੈਂ ਕਰ ਰਹੀ ਸੀ ਤਾਂ ਪਰਮੇਸ਼ਰ ਨੇ ਪਹਿਲੇ ਦਿਨ ਹੀ ਮੈਨੂੰ ਹੀਲਿੰਗ ਦੇ ਦਿੱਤੀ। ਮੈਂ ਇਸ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ। ਹਾਲੇਲੂਇਆ ਹਾਲੇਲੂਇਆ। 7 ਸਾਲ ਤੋਂ ਜ਼ੋਰਦਾਰ ਯਿਸੂ ਦੇ ਲਈ ਤਾੜੀਆਂ। ਹੋਰ ਕੋਈ? ਹਾਲੇਲੂਇਆ ਹਾਲੇਲੂਇਆ। ਅਜੀ ਬਜ਼ੁਰਗ ਜੀ, ਕਿੰਨਾ ਚਿਰ ਤੋਂ ਤੁਹਾਨੂੰ ਪ੍ਰੋਬਲਮ ਸੀ? ਹੁਣ ਠੀਕ ਜੋ? ਹਾਲੇਲੂਇਆ ਹਾਲੇਲੂਇਆ। ਦੇਖੀਏ ਪ੍ਰਭੂ ਦਾ ਚਮਤਕਾਰ। ਇਹ ਬਜ਼ੁਰਗ ਦੱਸ ਰਹੇ ਕਿ ਮੈਨੂੰ 10 ਸਾਲਾਂ ਤੋਂ ਘੱਟ ਦੀ ਰਹਾ ਸੀ ਔਰ ਇਹਨਾਂ ਨੇ ਪੇਟ 'ਚ ਦਰਦ ਰਹਿੰਦਾ, ਪ੍ਰਭੂ ਯਿਸੂ ਮਸੀਹ ਨੇ ਬਿਲਕੁਲ ਚੰਗਾ ਕਰਤਾ ਹੈ। ਹਾਲੇਲੂਇਆ ਹਾਲੇਲੂਇਆ। ਹੁਣ ਕਹਿੰਦੇ ਪ੍ਰਭੂ ਨੇ ਬਿਲਕੁਲ ਮੈਨੂੰ ਸਹੀ ਕਰਤਾ। ਜ਼ੋਰਦਾਰ ਯਿਸੂ ਦੀ ਤਾੜੀਆਂ ਜ਼ੋਰਦਾਰ ਯਿਸੂ ਦੀ ਤਾੜੀਆਂ। ਹਾਲੇਲੂਇਆ। ਚੈੱਕ ਕਰੀਏ ਨਾ, ਚੈੱਕ ਕਰੀਏ। ਬੋਲੋ ਇੱਕ ਹਾਲੇਲੂਇਆ। ਜੋ ਮੈਂ ਬੋਲ ਜੇ ਤੁਹਾਨੂੰ ਸੁਣਦਾ ਜੋ ਜੋ ਮੈਂ ਕਰੋ ਮਾਈਕ ਦੇ ਦੋ ਮਾਈਕ। ਹਾਲੇਲੂਇਆ 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 ਹਾਲੇਲੂਇਆ।